ਕਿ ਪੰਜਾਬ ਦੇ ਵਿੱਚ ਵਿਕ ਰਿਹਾ ਦੇਸੀ ਘਿਓ ਵੀ ਹੁਣ ਖਾਣ ਯੋਗ ਨਹੀਂ ਰਿਹਾ। ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਦੇਸੀ ਘਿਓ ਦੇ 21% ਸੈਂਪਲ ਫੇਲ ਹੋਏ ਨੇ। ਇਹੀ ਹਾਲ ਦੁੱਧ ਅਤੇ ਖੋਏ ਦਾ ਵੀ ਹੈ ਅਤੇ ਦੁੱਧ ਤੋਂ ਬਣੇ ਪ੍ਰੋਡਕਟਸ ਦਾ ਵੀ ਹੈ। ਦੱਸ ਦਈਏ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਸੈਂਪਲ ਲਏ ਗਏ ਸੀ ਉਹਨਾਂ ਦਾ ਇੱਕ ਡਾਟਾ ਸਾਹਮਣੇ ਆਇਆ, ਅੰਕੜੇ ਸਾਹਮਣੇ ਆਏ ਨੇ, ਜਿਸ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੇ ਸੈਂਪਲ ਨੇ, ਚਾਹੇ ਉਹ ਦੁੱਧ ਦੇ ਹੋਣ, ਖੋਏ ਦੇ ਹੋਣ, ਦੁੱਧ ਤੋਂ ਬਣੇ ਪ੍ਰੋਡਕਟਸ ਦੇ ਹੋਣ ਜਾਂ ਫਿਰ ਦੇਸੀ ਘਿਓ ਦੇ ਹੋਣ, ਉਹ ਫੇਲ ਹੋਏ ਨੇ। ਪੂਰੀ ਖਬਰ ਤੁਹਾਨੂੰ ਦੱਸਦੇ ਹਾਂ। ਜਿਹੜਾ ਦੇਸੀ ਘਿਓ ਤੁਸੀਂ ਵਰਤ ਰਹੇ ਹੋ, ਜਿਹੜਾ ਦੁੱਧ ਤੁਸੀਂ ਪੀ ਰਹੇ ਹੋ, ਜਿਹੜੇ ਖੋਏ ਦੇ ਪ੍ਰੋਡਕਟਸ ਤੁਸੀਂ ਖਾ ਰਹੇ ਹੋ, ਕੀ ਉਹ ਸ਼ੁੱਧ ਵੀ ਨੇ? ਕਿਉਂਕਿ ਇਹ ਅੰਕੜੇ ਹੈਰਾਨ ਕਰ ਦੇਣ ਵਾਲੇ ਨੇ। ਦੱਸ ਦਈਏ ਕਿ ਪੰਜਾਬ ਦੇ ਵਿੱਚ ਦੇਸੀ ਘਿਓ ਦੇ 21.4% ਸੈਂਪਲ ਫੇਲ ਹੋਏ ਨੇ ਅਤੇ ਦੇਸੀ ਘਿਓ ਦੇ ਜਿਹੜੇ ਸੈਂਪਲ ਫੇਲ ਹੋਏ ਨੇ ਉਸ ਦੇ ਵਿੱਚ ਇਹ ਪਾਇਆ ਗਿਆ ਕਿ ਸਿਰਫ 5-10% ਹੀ ਸ਼ੁੱਧ ਦੇਸੀ ਘਿਓ ਹੈ, ਬਾਕੀ ਦੇ ਵਿੱਚ ਹਾਈਡਰੋਜਨੇਟਡ ਫੈਟ ਅਤੇ ਰਿਫਾਈਨਡ ਤੇਲ ਦੀ ਮਿਲਾਵਟ ਹੈ। ਇਸੇ ਤਰ੍ਹਾਂ ਦੁੱਧ ਦੇ ਲਏ ਗਏ ਸੈਂਪਲਾਂ ਦੇ ਵਿੱਚੋਂ ਵੀ 13.6% ਸੈਂਪਲ ਫੇਲ ਪਾਏ ਗਏ ਨੇ, ਮਾਪਦੰਡਾਂ ਤੇ ਖਰੇ ਨਹੀਂ ਉਤਰੇ। ਅਤੇ ਪੰਜਾਬ ਦੇ ਵਿੱਚ ਖੋਏ ਦੇ ਸੈਂਪਲ ਵੀ 26% ਫੇਲ ਪਾਏ ਗਏ ਨੇ। ਇਹ ਅੰਕੜੇ ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਨੇ, ਜਿਸ ਦੇ ਵਿੱਚ 2023 ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਸੈਂਪਲ ਲਏ ਗਏ ਸੀ, ਜਿਸ ਦੇ ਵਿੱਚ ਦੁੱਧ, ਖੋਏ ਅਤੇ ਦੇਸੀ ਘਿਓ ਦੇ ਸੈਂਪਲ ਫੇਲ ਪਾਏ ਗਏ ਨੇ। ਦੁੱਧ ਦੇ 646 ਸੈਂਪਲਾਂ ਦੇ ਵਿੱਚੋਂ 88 ਸੈਂਪਲ ਫੇਲ ਪਾਏ ਗਏ ਨੇ, ਜੋ ਮਿਆਰਾਂ 'ਤੇ ਖਰੇ ਨਹੀਂ ਉਤਰੇ। 2021 ਤੋਂ 2024 ਤੱਕ ਦੁੱਧ ਦੇ 20,988 ਸੈਂਪਲ ਭਰੇ ਗਏ ਨੇ, ਜਿਨ੍ਹਾਂ ਦੇ ਵਿੱਚੋਂ 3712 ਸੈਂਪਲ ਮਾਪਦੰਡਾਂ ਦੇ ਅਨੁਕੂਲ ਨਹੀਂ ਆਏ। ਅਤੇ 2023-24 ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਕੁੱਲ 6,041 ਸੈਂਪਲ ਭਰੇ ਗਏ ਸੀ, ਜਿਨ੍ਹਾਂ ਦੇ ਵਿੱਚੋਂ 929 ਸੈਂਪਲ ਫੇਲ ਹੋਏ ਨੇ। ਪੰਜਾਬ ਸਰਕਾਰ ਦੇ ਵੱਲੋਂ 2023-24 ਦੇ ਵਿੱਚ 1577 ਲੋਕਾਂ ਖਿਲਾਫ਼ ਕੇਸ ਵੀ ਕੀਤੇ ਗਏ ਅਤੇ ਜਿਨ੍ਹਾਂ ਦੇ ਵਿੱਚੋਂ 76 ਕੇਸਾਂ ਦੇ ਵਿੱਚ ਅਪਰਾਧਿਕ ਕਾਰਵਾਈ ਕੀਤੀ ਗਈ ਹੈ। ਜ਼ਿਆਦਾਤਰ ਲੋਕ ਜੋ ਦੁੱਧ ਉਤਪਾਦਕ ਨੇ ਪਾਣੀ ਦੀ ਮਿਲਾਵਟ ਕਰਦੇ ਨੇ ਜਾਂ ਮਿਆਦ ਪੁਗਾ ਚੁੱਕੇ ਸਕਿਮਡ ਮਿਲਕ ਪਾਊਡਰ ਜਾਂ ਯੂਰੀਆ ਦੀ ਵਰਤੋਂ ਕਰਦੇ ਨੇ। ਤਾਂ ਜਿਹੜਾ ਦੁੱਧ ਤੁਸੀਂ ਵਰਤ ਰਹੇ ਹੋ, ਜਿਹੜਾ ਤੁਸੀਂ ਦੇਸੀ ਘਿਓ ਵਰਤ ਰਹੇ ਹੋ, ਜਿਹੜੇ ਖੋਏ ਦੇ ਪ੍ਰੋਡਕਟਸ ਤੁਸੀਂ ਬੜੇ ਚਾਵਾਂ ਦੇ ਨਾਲ ਖਾ ਰਹੇ ਹੋ, ਤਾਂ ਉਸ ਦੇ ਮਿਆਰ 'ਤੇ ਸਵਾਲ ਉੱਠੇ ਨੇ। ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਸੈਂਪਲ ਜਿਹੜੇ ਨੇ ਉਹ ਫੇਲ ਪਾਏ ਗਏ ਨੇ ਅਤੇ ਇਹ ਪਿਛਲੇ ਸਮੇਂ ਦੇ ਵਿੱਚ ਇਸ ਦਾ ਖੁਲਾਸਾ ਵੀ ਹੋ ਚੁੱਕਿਆ ਕਿ ਜਿੰਨਾ ਦੁੱਧ ਪੰਜਾਬ ਦੇ ਵਿੱਚ ਵਰਤ ਹੋ ਰਿਹਾ ਉਸ ਦੇ ਵਿੱਚੋਂ ਬਹੁਤਾ ਦੁੱਧ ਜਿਹੜਾ ਹੈ ਉਹ ਨਕਲੀ ਹੈ, ਬਹੁਤਾ ਦੁੱਧ ਮਿਆਰ ਮੁਤਾਬਕ ਸਹੀ ਨਹੀਂ ਹੈ, ਮਿਲਾਵਟੀ ਹੈ ਜਾਂ ਉਸ ਦੇ ਵਿੱਚ ਹੋਰ ਚੀਜ਼ਾਂ ਦੀ ਮਿਲਾਵਟ ਕਰਕੇ ਉਹ ਦੁੱਧ ਤਿਆਰ ਕੀਤਾ ਗਿਆ। ਇਸੇ ਤਰ੍ਹਾਂ ਇਹ ਜਿਹੜੇ ਸੈਂਪਲ ਨੇ ਜੋ ਵਿਭਾਗ ਦੇ ਵੱਲੋਂ ਲਏ ਗਏ, ਜਿਹੜੇ ਸੈਂਪਲ ਫੇਲ ਪਾਏ ਗਏ ਨੇ, ਉਹ ਵੀ ਹੈਰਾਨ ਕਰਨ ਵਾਲੇ ਨੇ। ਅਤੇ ਤੁਹਾਨੂੰ ਵੀ ਆਪਣੀ ਸਿਹਤ ਦੇ ਲਈ, ਜਿਹੜੀਆਂ ਬਿਮਾਰੀਆਂ ਵੱਧ ਰਹੀਆਂ ਨੇ ਉਸ ਦੇ ਪਿੱਛੇ ਵੀ ਇਹੀ ਕਾਰਨ ਹੈ ਕਿ ਸ਼ੁੱਧ ਜਿਹੜੀ ਡਾਇਟ ਆ ਉਹ ਨਹੀਂ ਰਹੀ। ਦੇਸੀ ਘਿਓ, ਦੁੱਧ, ਖੋਏ ਦੇ ਪ੍ਰੋਡਕਟਸ ਖਾਣ ਤੋਂ ਪਹਿਲਾਂ, ਯੂਜ਼ ਕਰਨ ਤੋਂ ਪਹਿਲਾਂ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹ ਸ਼ੁੱਧ ਵੀ ਨੇ ਜਾਂ ਉਹ ਮਿਲਾਵਟ ਵਾਲੇ ਨੇ। ਕਿ ਪੰਜਾਬ ਦੇ ਵਿੱਚ ਵਿਕ ਰਿਹਾ ਦੇਸੀ ਘਿਓ ਵੀ ਹੁਣ ਖਾਣ ਯੋਗ ਨਹੀਂ ਰਿਹਾ। ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਦੇਸੀ ਘਿਓ ਦੇ 21% ਸੈਂਪਲ ਫੇਲ ਹੋਏ ਨੇ। ਇਹੀ ਹਾਲ ਦੁੱਧ ਅਤੇ ਖੋਏ ਦਾ ਵੀ ਹੈ ਅਤੇ ਦੁੱਧ ਤੋਂ ਬਣੇ ਪ੍ਰੋਡਕਟਸ ਦਾ ਵੀ ਹੈ। ਦੱਸ ਦਈਏ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਸੈਂਪਲ ਲਏ ਗਏ ਸੀ ਉਹਨਾਂ ਦਾ ਇੱਕ ਡਾਟਾ ਸਾਹਮਣੇ ਆਇਆ, ਅੰਕੜੇ ਸਾਹਮਣੇ ਆਏ ਨੇ, ਜਿਸ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੇ ਸੈਂਪਲ ਨੇ, ਚਾਹੇ ਉਹ ਦੁੱਧ ਦੇ ਹੋਣ, ਖੋਏ ਦੇ ਹੋਣ, ਦੁੱਧ ਤੋਂ ਬਣੇ ਪ੍ਰੋਡਕਟਸ ਦੇ ਹੋਣ ਜਾਂ ਫਿਰ ਦੇਸੀ ਘਿਓ ਦੇ ਹੋਣ, ਉਹ ਫੇਲ ਹੋਏ ਨੇ। ਪੂਰੀ ਖਬਰ ਤੁਹਾਨੂੰ ਦੱਸਦੇ ਹਾਂ। ਜਿਹੜਾ ਦੇਸੀ ਘਿਓ ਤੁਸੀਂ ਵਰਤ ਰਹੇ ਹੋ, ਜਿਹੜਾ ਦੁੱਧ ਤੁਸੀਂ ਪੀ ਰਹੇ ਹੋ, ਜਿਹੜੇ ਖੋਏ ਦੇ ਪ੍ਰੋਡਕਟਸ ਤੁਸੀਂ ਖਾ ਰਹੇ ਹੋ, ਕੀ ਉਹ ਸ਼ੁੱਧ ਵੀ ਨੇ? ਕਿਉਂਕਿ ਇਹ ਅੰਕੜੇ ਹੈਰਾਨ ਕਰ ਦੇਣ ਵਾਲੇ ਨੇ। ਦੱਸ ਦਈਏ ਕਿ ਪੰਜਾਬ ਦੇ ਵਿੱਚ ਦੇਸੀ ਘਿਓ ਦੇ 21.4% ਸੈਂਪਲ ਫੇਲ ਹੋਏ ਨੇ ਅਤੇ ਦੇਸੀ ਘਿਓ ਦੇ ਜਿਹੜੇ ਸੈਂਪਲ ਫੇਲ ਹੋਏ ਨੇ ਉਸ ਦੇ ਵਿੱਚ ਇਹ ਪਾਇਆ ਗਿਆ
ਕਿ ਸਿਰਫ 5 ਤੋਂ 10% ਹੀ ਸ਼ੁੱਧ ਦੇਸੀ ਘਿਓ ਹੈ, ਬਾਕੀ ਦੇ ਵਿੱਚ ਹਾਈਡਰੋਜਨੇਟਡ ਫੈਟ ਅਤੇ ਰਿਫਾਈਨਡ ਤੇਲ ਦੀ ਮਿਲਾਵਟ ਹੈ। ਇਸੇ ਤਰ੍ਹਾਂ ਦੁੱਧ ਦੇ ਲਏ ਗਏ ਸੈਂਪਲਾਂ ਦੇ ਵਿੱਚੋਂ ਵੀ 13.6% ਸੈਂਪਲ ਫੇਲ ਪਾਏ ਗਏ ਨੇ, ਮਾਪਦੰਡਾਂ ਤੇ ਖਰੇ ਨਹੀਂ ਉਤਰੇ, ਅਤੇ ਪੰਜਾਬ ਦੇ ਵਿੱਚ ਖੋਏ ਦੇ ਸੈਂਪਲ ਵੀ 26% ਫੇਲ ਪਾਏ ਗਏ ਨੇ। ਇਹ ਅੰਕੜੇ ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜਾਰੀ ਕੀਤੇ ਗਏ ਨੇ, ਜਿਸ ਦੇ ਵਿੱਚ 2023 ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਸੈਂਪਲ ਲਏ ਗਏ ਸੀ, ਜਿਸ ਦੇ ਵਿੱਚ ਦੁੱਧ, ਖੋਏ ਅਤੇ ਦੇਸੀ ਘਿਓ ਦੇ ਸੈਂਪਲ ਫੇਲ ਪਾਏ ਗਏ ਨੇ। ਦੁੱਧ ਦੇ 646 ਸੈਂਪਲਾਂ ਦੇ ਵਿੱਚੋਂ 88 ਸੈਂਪਲ ਫੇਲ ਪਾਏ ਗਏ ਨੇ, ਜੋ ਮਿਆਰਾਂ 'ਤੇ ਖਰੇ ਨਹੀਂ ਉਤਰੇ। 2021 ਤੋਂ 2024 ਤੱਕ ਦੁੱਧ ਦੇ 20,988 ਸੈਂਪਲ ਭਰੇ ਗਏ ਨੇ, ਜਿਨ੍ਹਾਂ ਦੇ ਵਿੱਚੋਂ 3712 ਸੈਂਪਲ ਮਾਪਦੰਡਾਂ ਦੇ ਅਨੁਕੂਲ ਨਹੀਂ ਆਏ, ਅਤੇ 2023-24 ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਕੁੱਲ 6041 ਸੈਂਪਲ ਭਰੇ ਗਏ ਸੀ, ਜਿਨ੍ਹਾਂ ਦੇ ਵਿੱਚੋਂ 929 ਸੈਂਪਲ ਫੇਲ ਹੋਏ ਨੇ। ਪੰਜਾਬ ਸਰਕਾਰ ਦੇ ਵੱਲੋਂ 2023-24 ਦੇ ਵਿੱਚ 1577 ਲੋਕਾਂ ਖਿਲਾਫ਼ ਕੇਸ ਵੀ ਕੀਤੇ ਗਏ, ਅਤੇ ਜਿਨ੍ਹਾਂ ਦੇ ਵਿੱਚੋਂ 76 ਕੇਸਾਂ ਦੇ ਵਿੱਚ ਅਪਰਾਧਿਕ ਕਾਰਵਾਈ ਕੀਤੀ ਗਈ ਹੈ। ਜ਼ਿਆਦਾਤਰ ਲੋਕ ਜੋ ਦੁੱਧ ਉਤਪਾਦਕ ਨੇ ਪਾਣੀ ਦੀ ਮਿਲਾਵਟ ਕਰਦੇ ਨੇ, ਜਾਂ ਮਿਆਦ ਪੁਗਾ ਚੁੱਕੇ ਸਕਿਮਡ ਮਿਲਕ ਪਾਊਡਰ ਜਾਂ ਯੂਰੀਆ ਦੀ ਵਰਤੋਂ ਕਰਦੇ ਨੇ। ਤਾਂ ਜਿਹੜਾ ਦੁੱਧ ਤੁਸੀਂ ਵਰਤ ਰਹੇ ਹੋ, ਜਿਹੜਾ ਤੁਸੀਂ ਦੇਸੀ ਘਿਓ ਵਰਤ ਰਹੇ ਹੋ, ਜਿਹੜੇ ਖੋਏ ਦੇ ਪ੍ਰੋਡਕਟਸ ਤੁਸੀਂ ਬੜੇ ਚਾਵਾਂ ਦੇ ਨਾਲ ਖਾ ਰਹੇ ਹੋ, ਤਾਂ ਉਸ ਦੇ ਮਿਆਰ 'ਤੇ ਸਵਾਲ ਉੱਠੇ ਨੇ। ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਸੈਂਪਲ ਜਿਹੜੇ ਨੇ ਉਹ ਫੇਲ ਪਾਏ ਗਏ ਨੇ, ਅਤੇ ਇਹ ਪਿਛਲੇ ਸਮੇਂ ਦੇ ਵਿੱਚ ਇਸ ਦਾ ਖੁਲਾਸਾ ਵੀ ਹੋ ਚੁੱਕਿਆ ਕਿ ਜਿੰਨਾ ਦੁੱਧ ਪੰਜਾਬ ਦੇ ਵਿੱਚ ਵਰਤ ਹੋ ਰਿਹਾ ਉਸ ਦੇ ਵਿੱਚੋਂ ਬਹੁਤਾ ਦੁੱਧ ਜਿਹੜਾ ਹੈ ਉਹ ਨਕਲੀ ਹੈ, ਬਹੁਤਾ ਦੁੱਧ ਮਿਆਰ ਮੁਤਾਬਕ ਸਹੀ ਨਹੀਂ ਹੈ, ਮਿਲਾਵਟੀ ਹੈ, ਜਾਂ ਉਸ ਦੇ ਵਿੱਚ ਹੋਰ ਚੀਜ਼ਾਂ ਦੀ ਮਿਲਾਵਟ ਕਰਕੇ ਉਹ ਦੁੱਧ ਤਿਆਰ ਕੀਤਾ ਗਿਆ। ਇਸੇ ਤਰ੍ਹਾਂ ਇਹ ਜਿਹੜੇ ਸੈਂਪਲ ਨੇ ਜੋ ਵਿਭਾਗ ਦੇ ਵੱਲੋਂ ਲਏ ਗਏ, ਜਿਹੜੇ ਸੈਂਪਲ ਫੇਲ ਪਾਏ ਗਏ ਨੇ, ਉਹ ਵੀ ਹੈਰਾਨ ਕਰਨ ਵਾਲੇ ਨੇ, ਅਤੇ ਤੁਹਾਨੂੰ ਵੀ ਆਪਣੀ ਸਿਹਤ ਦੇ ਲਈ ਜਿਹੜੀਆਂ ਬਿਮਾਰੀਆਂ ਵੱਧ ਰਹੀਆਂ ਨੇ ਉਸ ਦੇ ਪਿੱਛੇ ਵੀ ਇਹੀ ਕਾਰਨ ਹੈ ਕਿ ਸ਼ੁੱਧ ਜਿਹੜੀ ਡਾਇਟ ਆ ਉਹ ਨਹੀਂ ਰਹੀ। ਦੇਸੀ ਘਿਓ, ਦੁੱਧ, ਖੋਏ ਦੇ ਪ੍ਰੋਡਕਟਸ ਖਾਣ ਤੋਂ ਪਹਿਲਾਂ, ਯੂਜ਼ ਕਰਨ ਤੋਂ ਪਹਿਲਾਂ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹ ਸ਼ੁੱਧ ਵੀ ਨੇ ਜਾਂ ਉਹ ਮਿਲਾਵਟ ਵਾਲੇ ਨੇ।